ਮੇਰਾ ਵੇਟ ਆਫਟਰ 141 ਦੇ ਕਰੀਬ ਸੀਗਾ। ਵੇਟ ਵਧਣ ਨਾਲ ਮੇਰਾ ਬੀਪੀ ਕਾਫੀ ਹਾਈ ਹੋਣ ਲੱਗ ਗਿਆ ਸੀਗਾ, ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ, ਨੀਜ ਦੀ ਪ੍ਰੋਬਲਮ ਆ ਗਈ ਸੀ। ਹੈਲੋ ਫਰੈਂਡਸ, ਮੈਂ ਇੱਥੇ ਬੈਰੀਟ੍ਰਿਕ ਸਰਜਰੀ ਕਰਵਾਈ ਹੈ ਜਿਹਦੇ ਨਾਲ ਮੇਰਾ ਕਾਫੀ ਵੇਟ ਲੋਸ ਹੋਇਆ। ਮੇਰਾ ਵੇਟ ਆਫਟਰ 141 ਦੇ ਕਰੀਬ ਸੀਗਾ, ਜਿੰਨਾ ਹੁਣ ਮੇਰਾ ਆਫਟਰ 15 ਡੇਜ਼ ਮੇਰਾ ਵੇਟ 7-8 ਕੇਜੀ ਦੇ ਆਸ ਪਾਸ ਕੱਟ ਹੋ ਚੁੱਕਾ ਹੈ, ਜਿਹਦੇ ਨਾਲ ਮੈਨੂੰ ਬਹੁਤ ਬੋਡੀ ਦੇ ਵਿੱਚ ਹਲਕਾ ਮਹਿਸੂਸ ਹੋ ਰਿਹਾ। ਅਤੇ ਮੈਨੂੰ ਵੇਟ ਵਧਣ ਨਾਲ ਮੇਰਾ ਬੀਪੀ ਕਾਫੀ ਹਾਈ ਹੋਣ ਲੱਗ ਗਿਆ ਸੀਗਾ, ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ, ਨੀਜ਼ ਦੀ ਪ੍ਰੋਬਲਮ ਆ ਗਈ ਸੀ। ਸਭ ਦੀ ਟੈਬਲੇਟਸ ਚੱਲ ਰਹੀਆਂ ਸੀਗੀਆਂ, ਉਹ ਵੀ ਹੁਣ ਮੇਰੀ ਬੰਦ ਹੋ ਚੁੱਕੀ ਆ। ਮੈਂ 15 ਦਿਨਾਂ ਤੋਂ ਕੋਈ ਵੀ ਟੈਬਲੇਟਸ ਨਹੀਂ ਲੈ ਰਿਹਾ ਹੈ, ਉਹ ਇਸ ਚੀਜ਼ ਦਾ ਵੀ ਮੈਨੂੰ ਕਾਫੀ ਬੈਨੀਫਿਟ ਮਿਲਿਆ ਹੈ। ਔਰ ਮੈਂ ਇੱਥੇ ਆਇਆ ਸੀਗਾ, ਐਕਚੁਅਲੀ ਮੇਰਾ ਰੈਲੇਟਿਵਸ ਨੇ ਕਿਸੇ ਦਾ ਆਪਰੇਟ ਸੀਗਾ, ਉਹਨਾਂ ਨੂੰ ਮਿਲਣ ਆਇਆ ਸੀ। ਉਹਦੇ ਨਾਲ ਮੈਨੂੰ ਪਤਾ ਲੱਗਿਆ ਕਿ ਡਾਕਟਰ ਸਾਹਿਬ ਇਹ ਇਸ ਤਰ੍ਹਾਂ ਦੀ ਵੀ ਸਰਜਰੀਜ਼ ਕਰਦੇ ਆ, ਮੈਂ ਉਹਨਾਂ ਨੂੰ ਮਿਲਿਆ। ਫਿਰ ਉਹਨਾਂ ਨੇ ਮੈਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਔਰ ਮੈਨੂੰ ਵਧੀਆ ਲੱਗਿਆ, ਅਤੇ ਮੈਂ ਵੀ ਉਸ ਚੀਜ਼ ਨੂੰ ਅਪਲਾਈ ਕੀਤਾ ਆਪਣੇ 'ਤੇ, ਜਿਹਦੇ ਨਾਲ ਮੈਨੂੰ 15 ਦਿਨਾਂ ਦੇ ਵਿੱਚ ਹੀ ਬੈਨੀਫਿਟ ਦਿਖਣਾ ਸ਼ੁਰੂ ਹੋ ਚੁੱਕਾ। ਕਿ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਹੋਸਪਿਟਲ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਇੱਥੋਂ ਦਾ ਸਟਾਫ ਬਹੁਤ ਵਧੀਆ ਹੈ, ਮੈਨੂੰ ਸਰਜਰੀ ਟਾਈਮ ਵੀ ਬਹੁਤ ਇਹਨਾਂ ਨੇ ਕੇਅਰ ਕੀਤੀ, ਔਰ ਸਰਜਰੀ ਤੋਂ ਬਾਅਦ ਵੀ ਮੈਨੂੰ ਹਜੇ ਤੀਕਰ ਵੀ ਕੋਲਸ ਆ ਰਹੀਆਂ ਸੁਬਹਾ, ਮਤਲਬ ਹਰੇਕ ਤਰ੍ਹਾਂ ਦਾ ਫੀਡਬੈਕ ਦਿੱਤਾ ਜਾ ਰਿਹਾ, ਹਰੇਕ ਤਰ੍ਹਾਂ ਦੇ ਪੁੱਛਿਆ ਜਾ ਰਿਹਾ ਕਿ ਕੀ ਖਾ ਰਹੇ ਹੋ, ਕਿਸ ਤਰ੍ਹਾਂ ਕਰ ਰਹੇ ਹੋ, ਸਾਰੀ ਚੀਜ਼ ਵਾਸਤੇ ਮੈਨੂੰ ਗਾਈਡ ਕੀਤਾ ਜਾ ਰਿਹਾ, ਜਿਹਦੇ ਨਾਲ ਮੈਨੂੰ ਬਹੁਤ ਬੈਨੀਫਿਟ ਹੋਇਆ। ਔਰ ਮੈਂ ਚਾਹੁੰਦਾ ਕਿ ਜਿਸ ਨੂੰ ਵੀ ਇਹ ਪ੍ਰੋਬਲਮ ਹੈ ਉਹ ਆ ਕੇ ਡਾਕਟਰ ਸਾਹਿਬ ਨਾਲ ਮਿਲੇ ਔਰ ਡਾਕਟਰ ਸਾਹਿਬ ਨਾਲ ਕੰਸਰਨ ਕਰੇ। ਜਿਨ੍ਹਾਂ ਨੂੰ ਵੀ ਇਸ ਚੀਜ਼ ਦਾ ਕੰਸਰਨ ਆ ਉਹ ਮੋਗਾ ਵਿੱਚ ਆ ਕੇ ਮਿਲੋ, ਇਹਨਾਂ ਦਾ ਬਹੁਤ ਵਧੀਆ ਮੋਗਾ ਦੇ ਵਿੱਚ ਹੋਸਪਿਟਲ ਬਣ ਰਿਹਾ, ਜਿਹਦੇ ਵਿੱਚ ਕਾਫੀ ਨਵੀਂ ਐਡਵਾਂਸ ਤਕਨੀਕ ਦੇ ਨਾਲ ਪਲੇਟ ਵਗੈਰਾ ਜਾਂ ਬਾਇਓਲੋਜਿਕ ਸਰਜਰੀਜ਼ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਰਜਰੀਜ਼ ਨੂੰ ਕੀਤੀਆਂ ਜਾਣਗੀਆਂ। ਜਿਨ੍ਹਾਂ ਨੂੰ ਵੀ ਇਸ ਚੀਜ਼ ਦਾ ਨਾਲ ਕੰਸਰਨ ਆ ਉਹ ਆ ਕੇ ਡਾਕਟਰ ਸਾਹਿਬ ਨਾਲ ਜ਼ਰੂਰ ਮਿਲੋ। ਬਾਕੀ ਮੈਂ ਡਾਕਟਰ ਸਾਹਿਬ ਦਾ ਬਹੁਤ ਥੈਂਕ ਯੂ ਕਰਦਾ ਕਿ ਜੋ ਉਹਨਾਂ ਨੇ ਮੈਨੂੰ ਮੇਰਾ ਆਪਰੇਟ ਕੀਤਾ ਔਰ ਮੈਨੂੰ ਬਹੁਤ ਬੈਨੀਫਿਟ ਮਿਲਿਆ।